ਕੀ ਹਾਲ ਚਾਲ ਨੇ ਜੀ ਸਾਰੇ ਵੀਰਾਂ ਅਤੇ ਭੈਣਾਂ ਦੇ ਅੱਜ ਦਾ ਟੌਪਿਕ ਬਹੁਤ ਇੰਪੋਰਟੈਂਟ ਹੈ ਤੇ ਅੱਜ ਸਾਨੂੰ ਬਹੁਤ ਵਧੀਆ ਸਿੱਖਣ ਨੂੰ ਮਿਲੇਗਾ ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਨਵੀਂ ਇਟਾਲੀਅਨ ਲੈਂਗੁਏਜ ਕਲਾਸ ਸ਼ੁਰੂ ਹੋਣ ਚੱਲੀ ਹੈ 4 ਦਸੰਬਰ ਤੋਂ ਜਿਸ ਦਾ ਸਮਾਂ ਹੋਵੇਗਾ ਸ਼ਾਮ 8 ਵਜੇ ਦਾ ਪਹਿਲੇ 3 ਦਿਨ ਡੈਮੋ ਕਲਾਸਿਸ ਹੋਣਗੀਆਂ ਜਿਹਦੇ ਵਿੱਚ ਤੁਸੀਂ ਸਾਡੇ ਪੜਾਉਣ ਦਾ ਤਰੀਕਾ ਦੇਖੋਗੇ ਤੇ ਫਿਰ ਡਿਸਾਈਡ ਕਰੋਗੇ ਸਾਡੇ ਨਾਲ ਚੱਲਣ ਦਾ ਅਗਰ ਗੱਲ ਕਰਦੇ ਹੋ ਸਾਡੇ ਰਿਜ਼ਲਟ ਦੀ ਰਿਜ਼ਲਟ ਚਾਹੇ ਲਿਵੈਲੋ ਆਦੂਏ ਦਾ ਹੋਵੇ ਜਾਂ B1 ਚਿਤਾ ਦੀ ਨਾਂਸਾ ਜਾਂ B1 ਸਟੈਂਡਰਡ ਬਹੁਤ ਵੱਡਾ ਰਿਜ਼ਲਟ ਹੈ ਸਾਡਾ ਤੇ ਬਹੁਤ ਵੱਡੀ ਗਿਣਤੀ ਵਿੱਚ ਸਟੂਡੈਂਟ ਪਾਸ ਨੇ ਤੇ ਇੰਨਾਂ ਦੀਆਂ ਵੀਡੀਓਜ਼ ਵੀ ਪਈਆਂ ਹੋਈਆਂ ਨੇ ਸਾਰਿਆਂ ਦੇ ਸਾਹਮਣੇ ਹੁਣ ਗੱਲ ਕਰਦੇ ਆਂ ਅੱਜ ਦੇ ਟੌਪਿਕ ਦੀ ਅੱਜ ਅਸੀਂ ਇੱਕ ਵਰਬ ਕਰਾਂਗੇ ਤੇ ਉਸ ਨਾਲ ਸੰਬੰਧਿਤ ਇੱਕ ਐਡਜੈਕਟਿਵ ਵੀ ਸਮਝਾਂਗੇ ਵਰਬ ਹੈ ਕੋਸਤ੍ਰਿੰਜੇਰੇ ਜੋ ਵਰਤੀ ਜਾਂਦੀ ਹੈ ਮਜਬੂਰ ਕਰਨ ਲਈ ਮਜਬੂਰ ਕਰਨਾ ਕਿਸੇ ਤੇ ਦਬਾਅ ਬਣਾਉਣਾ ਹਨ ਤੇ ਉਸ ਨਾਲ ਸੰਬੰਧਿਤ ਇੱਕ ਐਡਜੈਕਟਿਵ ਹੈ ਇੱਕ ਵਿਸ਼ੇਸ਼ਣ ਹੈ ਕੁਸਤਰੇਤੋ ਜਿਸ ਦਾ ਮਤਲਬ ਹੈ ਮਜਬੂਰ ਹੁਣ ਜਿਹੜਾ ਕੁਸਤਰੇਤੋ ਹੈ ਉਸ ਉੱਤੇ ਓ ਆ ਈ ਏ ਵਾਲਾ ਰੂਲ ਲਾਗੂ ਹੁੰਦਾ ਹੈ ਮਤਲਬ ਅਗਰ ਅਸੀਂ ਇੱਕ ਪੁਰਸ਼ ਦੀ ਗੱਲ ਕਰਦੇ ਹਾਂ ਤੇ ਅਸੀਂ ਓ ਲਗਾਤਾ ਮਤਲਬ ਮਸਕੀਲੇ ਸਿੰਗੋਲਾਰੇ ਦੀ ਗੱਲ ਕਰਦੇ ਹਾਂ ਅਗਰ ਅਸੀਂ ਇੱਕ ਇਸਤਰੀ ਦੀ ਗੱਲ ਕਰਦੇ ਹਾਂ ਫੈਮਿਨੀ ਲ ਸਿੰਗੁਲਾਰੇ ਦੀ ਤੇ ਫਿਰ ਅਸੀਂ ਆ ਲਾਤਾ ਅਗਰ ਅਸੀਂ ਮਸਕੀਲੇ ਪਲੂਰਾਲੇ ਦੀ ਗੱਲ ਕਰਦੇ ਹਾਂ ਜਾਦੇ ਪੁਰਸ਼ਾਂ ਦੀ ਤੇ ਫਿਰ ਅਸੀਂ ਆਈ ਲਾਤਾ ਤੇ ਜੇ ਅਸੀਂ ਜਾਦੇ ਇਸਤਰੀਆਂ ਦੀ ਗੱਲ ਕਰਦੇ ਹਾਂ ਫੈਮਿਨੀ ਦੇ ਪਲੂਰਾਲੇ ਦੀ ਤੇ ਫਿਰ ਅਸੀਂ ਈ ਲਾਤਾ ਜਿਹੜੀ ਇੰਗਲਿਸ਼ ਵਾਲੀ ਹੈ ਤੇ ਇਹਨੂੰ ਇਟਾਲੀਅਨ ਚ ਏ ਕਹਿੰਦੇ ਆ ਹੁਣ ਕੋਸਤਰੇ ਤੋਂ ਕੋਸਤਰੇ ਤੋਂ ਇੱਕ ਮੁੰਡਾ ਕੋਸਤਰੇਤਾ ਇੱਕ ਕੁੜੀ ਲਈ ਯੂਜ਼ ਕੀਤਾ ਗਿਆ ਮਤਲਬ ਮਤਲਬ ਮਜਬੂਰ ਹੀ ਆ ਕੋਸਤਰੇਤੀ ਜਿਆਦਾ ਮੁੰਡੇ ਵੀ ਹੋ ਸਕਦੇ ਮੁੰਡੇ ਕੁੜੀਆਂ ਵੀ ਹੋ ਸਕਦੇ ਆ ਕੋਸਤਰੇਤੇ ਮਤਲਬ ਜਿਆਦੀਆਂ ਕੁੜੀਆਂ ਬਾਰੇ ਹੀ ਗੱਲ ਹੁੰਦੀ ਪਈ ਹੈ ਮਤਲਬ ਸਾਰਿਆਂ ਨੂੰ ਮਜਬੂਰ ਕਿਹਾ ਜਾਂਦਾ ਪਰ ਸਭ ਤੋਂ ਪਹਿਲਾਂ ਵਰਬ ਕਰਦੇ ਆ ਚਲੋ ਵਰਬ ਤੋਂ ਪਹਿਲਾਂ ਇੱਕ ਹੋਰ ਚੀਜ਼ ਸਮਝਦੇ ਆ ਹੁਣ ਮੈਂ ਵਰਬ ਦੇ ਨਾਲ ਇਹ ਨਹੀਂ ਕਹਿ ਸਕਦਾ ਮੈਂ ਮਜਬੂਰ ਹਾਂ ਨਹੀਂ ਗੱਲ ਨਹੀਂ ਬਣਦੀ ਪਈ ਕਿਉਂਕਿ ਉਸ ਲਈ ਇਸ ਚੀਜ਼ ਨੂੰ ਕਹਿਣ ਦੇ ਲਈ ਮੈਨੂੰ ਐਡਜੈਕਟਿਵ ਹੀ ਯੂਜ਼ ਕਰਨਾ ਪਏਗਾ ਉਨਵਰਬੈ ਕੋਸਟ੍ਰਿੰਜੇ ਇਓ ਕੋਸਟ੍ਰਿੰਗੋ ਮੈਂ ਮਜਬੂਰ ਕਰਦਾ ਹਾਂ ਕਿਉਂਕਿ ਵਰਬ ਦੇ ਵਿੱਚ ਇੱਕ ਪਰਸਨ ਕੰਮ ਕਰਦਾ ਹੈ ਤੂ ਕੋਸਟ੍ਰਿੰਜੀ ਤੂ ਮਜਬੂਰ ਕਰਦਾ ਹੈ ਜਾਂ ਤੂ ਮਜਬੂਰ ਕਰਦੀ ਹੈ ਲੂਈ ਕੋਸਟ੍ਰਿੰਜੇ ਉਹ ਮਜਬੂਰ ਕਰਦਾ ਹੈ ਲੇਈ ਕੋਸਟ੍ਰਿੰਜੇ ਉਹ ਮਜਬੂਰ ਕਰਦੀ ਹੈ ਨੋਈ ਕੋਸਟ੍ਰਿੰਜਾਮੋ ਅਸੀਂ ਮਜਬੂਰ ਕਰਦੇ ਹਾਂ ਵੋਈ ਕੋਸਟਰਿੰਜੇਤੇ ਤੁਸੀਂ ਮਜਬੂਰ ਕਰਦੇ ਹੋ ਲੋਰੋ ਕੋਸਟ੍ਰਿੰਗੋਨੋ ਉਹ ਮਜਬੂਰ ਕਰਦੇ ਹਨ ਮੈਂ ਵਰਬ ਸਿੱਖ ਲਾਂ ਤੇ ਮੈਂ ਵਰਬ ਨੂੰ ਕਿੱਦਾਂ ਕਹਿ ਸਕਦਾ ਕਿ ਮੈਂ ਮਜਬੂਰ ਹਾਂ ਜਾਂ ਮੈਂ ਸਿਰਫ ਇੱਕ ਐਡਜੈਕਟਿਵ ਸਿੱਖ ਲਾਂ ਤੇ ਮੈਂ ਕਿੱਦਾਂ ਕਹਿ ਸਕਦਾ ਮੈਂ ਮਜਬੂਰ ਕਰਦਾ ਹਾਂ ਕਿਵੇਂ ਨਹੀਂ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਲੱਗੇਗੀ ਜਿੰਨਾ ਚਿਰ ਅਸੀਂ ਪੜਾਈ ਨਹੀਂ ਕਰਾਂਗੇ ਫਿਰ ਅਸੀਂ ਕਹਿੰਦੇ ਕਿ ਕੋਈ ਗੱਲ ਕਹਿੰਦਾ ਸਾਨੂੰ ਅੱਧੀ ਸਮਝ ਲੱਗਦੀ ਅੱਧੀ ਨਹੀਂ ਕਿਉਂ ਕਿ ਅਸੀਂ ਪੜੇ ਨਹੀਂ ਅਗਰ ਅਸੀਂ ਕਿਸੇ ਚੀਜ਼ ਨੂੰ ਪੜ੍ਹਾਂਗੇ ਤਾਂ ਅਸੀਂ ਜ਼ਰੂਰ ਸਿੱਖਾਂਗੇ ਹੁਣ ਸੈਂਟੈਂਸਸ ਨਾਲ ਸਮਝਦੇ ਹਾਂ ਜਿਵੇਂ ਪਹਿਲਾ ਸੈਂਟੈਂਸ ਪੇਰ ਫਾਵੋਰੇ ਕਿਰਪਾ ਕਰਕੇ ਨੋਨ ਮੀ ਕੋਸਟ੍ਰਿੰਜੇ ਮੈਨੂੰ ਮਜਬੂਰ ਨਾ ਕਰ ਇਹ ਇੱਕ ਇੰਪੈਰਾਟਿਵ ਹੈ ਠੀਕ ਹੈ ਇਹ ਵੀ ਇੱਕ ਬਹੁਤ ਇੰਪੋਰਟੈਂਟ ਫਾਰਮ ਹੈ ਬੋਲੀ ਦੀ ਜੋ ਕਿ 80% ਲੋਕ ਇਹੀ ਯੂਜ਼ ਕਰਦੇ ਨੇ ਦੂਸਰਾ ਦੂਸਰਾ ਇੱਕ ਐਡਜੈਕਟਿਵ ਤੌਰ ਤੇ ਹੈ ਲੂਈ ਐ ਕੋਸਟ੍ਰੇਟੋ ਦੀ ਫਾਰੇ ਕਵਸਟੋ ਲਾਵੋਰੋ ਉਹ ਮਜਬੂਰ ਹੈ ਇਹ ਕੰਮ ਕਰਨ ਦਾ ਤੀਸਰਾ ਨੋਈ ਨੋਨ ਕੋਸਟ੍ਰਿੰਜਾਮੋ ਅਸੀਂ ਮਜਬੂਰ ਨਹੀਂ ਕਰਦੇ ਹਾਂ ਆਨੇ ਸੂਨੋ ਅਸੀਂ ਕਿਸੇ ਨੂੰ ਵੀ ਮਜਬੂਰ ਨਹੀਂ ਕਰਦੇ ਹਾਂ ਓਨੀਓ ਨੋ ਪੋ ਫਾਰੇ ਹਰ ਕੋਈ ਕਰ ਸਕਦਾ ਹੈ ਕੋਮੇਲੀ ਪਾਰੇ ਜਿਵੇਂ ਉਸ ਨੂੰ ਲੱਗਦਾ ਹੈ ਲੋਰੋ ਕੋਸਟ੍ਰਿੰਗੋ ਨੋ ਉਹ ਮਜਬੂਰ ਕਰਦੇ ਹਨ ਤਰੋਪੋ ਬਹੁਤ ਈ ਲੋਰੋ ਫੀਲੀ ਉਹਨਾਂ ਦੇ ਬੱਚਿਆਂ ਨੂੰ ਪਰ ਪਰਿੰਦਰੇ ਲੈਣ ਲਈ ਬੇਵੋਤੀ ਵਧੀਆ ਨੰਬਰ ਸੋਨੋ ਕੋਸਟ੍ਰੇਟਾ ਕੋਸਟ੍ਰੇਟਾ ਇੱਥੇ ਇੱਕ ਲੇਡੀ ਕੰਦੀ ਪਈ ਆ ਮੈਂ ਮਜਬੂਰ ਹਾਂ ਦੀ ਫਾਰੇ ਕਰਨ ਦਾ ਚੋਕ ਕੇ ਮੀ ਦੀ ਚ ਜੋ ਮੈਨੂੰ ਕਹਿੰਦਾ ਹੈ ਇਲ ਦਾ ਤੋਰੇ ਦੀ ਲavoro ਕੰਮ ਦਾ ਮਾਲਕ ਉਮੀਦ ਹੈ ਕਿ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਪਤਾ ਲੱਗਿਆ ਹੋਵੇਗਾ ਧੰਨਵਾਦ ਜੀ